ਇਹ ਚਾਰ ਚੀਜ਼ਾਂ ਹੋ ਗਈਆਂ। ਇੱਕ ਪੰਜਵੀਂ ਸਭ ਤੋਂ ਪਹਿਲੀ ਆਈ ਸ੍ਰੀ ਹੇਮਕੁੰਡ ਸਾਹਿਬ। ਉਦੋਂ ਪਹਿਲਾਂ ਦਾ ਜੇ ਦੇਖੀਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪ੍ਰਗਟ ਹੋਏ ਪਹਿਲੀ ਵਾਰ ਦੁਸ਼ਟ ਦਮਨ ਦੇ ਰੂਪ ਵਿੱਚ, ਜਦੋਂ ਦੈਂਤਾਂ ਦੇ ਨਾਲ ਜੰਗ ਹੋਇਆ ਨਾ ਦੁਰਗਾ ਦਾ, ਦੁਰਗਾ ਜਾ ਕੇ ਗੁਪਤ ਹੋ ਗਈ ਪਹਾੜਾਂ ਚ ਵੀ ਮੈਂ ਹੋਰ ਭਗਤੀ ਕਰਾਂ, ਮੈਥੋਂ ਜੰਗ ਝੱਲਿਆ ਨਹੀਂ ਜਾਂਦਾ ਇਹਨਾਂ ਦਾ। ਇਹ ਚਲੇ ਗਏ ਜਦੋਂ ਜਾ ਕੇ ਸਮੁੰਦਰੀ ਦੇ ਡੇਰੇ ਦੇ ਵਿੱਚ, ਜਿੱਥੇ ਉਹਦੇ ਕਿੰਨੇ ਹੀ ਭਗਤੀ ਵਾਲੇ ਸਮਾਧੀਆਂ ਲਾ ਕੇ ਬੈਠੇ, ਇਹ ਵੀ ਸਮਾਧੀ ਦਸਮ ਦੁਆਰ ਸਵਾਸ ਚੜਾ ਕੇ ਬੈਠੇ ਸੀ। ਉਹ ਲੱਭਦੇ 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 ਉੱਥੇ ਚਲੇ ਗਏ, ਲੱਭੇ ਨਾ ਤੇ ਸਮੁੰਦਰੀ ਖੀ ਤੇ ਜਾ ਕੇ ਲੱਤਾਂ ਮਾਰੀਆਂ ਜ਼ੋਰ ਜ਼ੋਰ ਦੀ, ਉਹਦੀ ਸਮਾਧੀ ਖੁੱਲ ਗਈ। ਉਹਨੂੰ ਗੁੱਸਾ ਆਇਆ, ਉਹਨੇ ਉੱਠ ਕੇ ਆਪਣੀ ਜਿਹੜੀ ਸ਼ੇਰ ਵਾਲੀ ਖੱਲ ਵਿਛਾਈ ਉਹ ਝਾੜ ਕੇ ਇੰਨੀ ਗੱਲ ਕਹੀ ਕਿ ਜਿੰਨਾ ਮੈਂ ਤਪ ਕੀਤਾ ਅੱਜ ਤੱਕ ਮੇਰੇ ਸਾਹਮਣੇ ਖੜਾ ਹੋ ਜਾਏ। ਜਦੋਂ ਉਹ ਤਪ ਸਾਹਮਣੇ ਖੜਾ ਹੋਇਆ ਉਹਦਾ ਨਾਂ ਹੈ ਦੁਸ਼ਟ ਦਮਨ। ਉਹਨੂੰ ਹੁਕਮ ਹੋਇਆ ਜਾ ਸਾਰੇ ਦੈਂਤ ਮਾਰ ਦੇ। 45 ਪਦਮ ਦੈਂਤ ਕਲਗੀ ਧਰ ਮਾਰੇ ਨੇ ਉਸ ਸਮੇਂ ਦੁਸ਼ਟ ਦਮਨ ਦੇ ਰੂਪ ਵਿੱਚ 45 ਪਦਮ। ਹੁਣ ਪਦਮ ਅੱਖਰ ਬੋਲਿਆ ਸਮਝ ਨਹੀਂ ਲੱਗਣਾ, ਫਿਰ ਆਪਾਂ ਕਹਿੰਦੇ ਨੇ 10 ਹੈ, ਇਹ 100 ਹੈ, ਸੈਂਕੜਾ ਹੋ ਗਿਆ, ਫਿਰ ਚਲੋ ਲੱਖ, ਫਿਰ ਕਰੋੜ, ਫਿਰ ਅਰਬ, ਫਿਰ ਖਰਬ, ਇਹ ਅੱਗੇ ਅੱਗੇ ਗਿਣਤੀ, ਫਿਰ ਨੀਲ, ਫਿਰ ਪਦਮ, ਫਿਰ ਅਸੰਖ, ਇਹ ਗਿਣਤੀ ਹੈ। 45 ਪਦਮ ਦੈਂਤ ਕੱਲੇ ਦੁਸ਼ਟ ਦਮਨ ਜੀ ਨੇ ਮਾਰਤੇ ਸੀ। ਉਸ ਵਕਤ ਫਿਰ ਉਦੋਂ ਬਾਅਦ ਹੁਕਮ ਹੋਇਆ ਸੀ ਜਾਓ ਸ੍ਰੀ ਹੇਮਕੁੰਡ ਸਾਹਿਬ ਬਹਿ ਕੇ ਤਪੱਸਿਆ ਕਰੋ। ਤਪੱਸਿਆ ਕਰਦੇ ਕਰਦੇ ਕਲਯੁਗ ਦਾ ਜਦੋਂ ਸਮਾਂ ਆ ਗਿਆ ਤਾਂ ਦਵੈਤ ਏਕ ਰੂਪ ਹਵੈ ਗਏ ਉਹਦੇ ਰੂਪ ਵਿੱਚ ਹੋ ਕੇ ਆਪ ਨੇ ਜਾ ਕੇ ਫਿਰ ਉੱਥੇ ਮਹਾਰਾਜ ਨੇ ਅਕਾਲ ਪੁਰਖੀ ਨੇ ਸੱਦਿਆ, ਇਹ ਸਾਰੀਆਂ ਡਿਊਟੀਆਂ ਲਾਈਆਂ। ਫਿਰ ਚਿੱਠੀ ਆ ਗਈ ਸ੍ਰੀ ਹਜ਼ੂਰ ਸਾਹਿਬ ਵੀ ਆ ਜਾਓ, ਹੁਣ ਸਾਰਾ ਕਾਰਜ ਸੰਪੂਰਨ ਹੋ ਗਿਆ। ਬਸ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਛੋਟੀਆਂ ਛੋਟੀਆਂ ਉਮਰਾਂ ਵਿੱਚ ਸਭ ਕੁਛ ਕਰ ਦਿੱਤਾ। ਸਿਰਫ ਤੀਜੇ ਪਾਤਸ਼ਾਹ ਦੀ ਉਮਰ ਵੱਡੀ ਸੀ, ਗੁਰੂ ਨਾਨਕ ਸਾਹਿਬ 70 ਸਾਲ ਦੀ ਉਮਰ 'ਚ ਸਾਰਾ ਕਾਰਜ ਕਰਕੇ ਚਲੇ ਵੀ ਗਏ ਸੀ। ਕਿਸੇ ਪਾਤਸ਼ਾਹ ਦੀ ਉਮਰ ਕਿੰਨੀ, ਕਿਸੇ ਦੀ 34, ਕਿਸੇ ਦੀ 35 ਸਾਲ, ਕਿਸੇ ਦੀ 52 ਸਾਲ, ਕਿਸੇ ਦੀ 42 ਸਾਲ, ਇੰਨੀ ਉਮਰ ਹੀ ਬਤੀਤ ਕੀਤੀ ਗੁਰੂ ਸਾਹਿਬਾਂ ਨੇ। ਤੋ ਇਸ ਕਰਕੇ ਇਤਿਹਾਸ ਆਪ ਲੈ ਕੇ ਪੜ੍ਹੋ ਪੁਸਤਕਾਂ, ਸਾਰਾ ਇਤਿਹਾਸ ਇੰਨੇ 'ਚ ਸੁਣਾਇਆ ਨਹੀਂ ਜਾ ਸਕਦਾ। ਦੂਜੀ ਚੀਜ਼ ਇਹ ਹੈ ਕਿ ਸਾਰੇ ਜਿਹੜੇ ਨਾ ਬੰਦਗੀ ਕਰੋ, ਬੰਦਗੀ ਤੇ ਅਮਰ ਛਕੋ, ਗੁਰੂ ਵਾਲੇ ਬਣੋ, ਗੁਰੂ ਲੜ ਲੱਗੋ, ਰਹਿਤ ਰੱਖੋ, ਤੇ ਬਾਣੀ ਜਿਹੜੀ ਪੜ੍ਹਨੀ ਆ ਉਹ ਹੌਲੀ ਹੌਲੀ ਸੁਣ ਸੁਣ ਕੇ ਪੜ੍ਹਨੀ, ਇਹ ਧਿਆਨ ਰੱਖੋ। ਸੰਥਿਆ ਡਾਕਟਰੀ ਕਰਨ ਨੂੰ 5.5 ਸਾਲ ਲਾ ਲਏ, 6 ਲੱਗ ਜਾਂਦੇ, ਫਿਰ ਪ੍ਰੈਕਟਿਸ ਹੈ। ਹੁਣ ਜਿਹੜੇ ਵੇਲੇ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ, ਮੈਨੂੰ 2 ਸਾਲ ਇੱਕ ਵਾਰ ਲੱਗੇ, 1 ਸਾਲ ਇੱਕ ਵਾਰ ਲੱਗਿਆ, ਮੈਂ 3 ਸਾਲਾਂ 'ਚ ਪਾਠੀ ਬਣਿਆ ਪਹਿਲਾਂ, ਫਿਰ ਅਗਲੇ 3-4 ਸਾਲਾਂ 'ਚ ਕਥਾ ਸਿੱਖੀ। 10 ਸਾਲ ਦਾ ਟਾਈਮ ਲੱਗਿਆ ਮੈਨੂੰ ਕਥਾ ਸਿੱਖਣ ਤੇ, ਸੂਰਜ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੋਰ ਇੱਥੇ ਜਿਹੜਾ ਕਹਿੰਦੇ। ਮੈਂ ਪੁੱਛਿਆ ਇੱਕ ਬੰਦੇ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਮੈਂ ਹੈੱਡ ਗ੍ਰੰਥੀ ਸੀ ਜਦੋਂ, ਮੈਂ ਕਿਹਾ ਇਹ ਮੁੰਡਾ ਨਵਾਂ ਆਇਆ? ਕਹਿੰਦੇ ਹਾਂ ਜੀ, ਇਹ ਸਿੰਘ ਨਵਾਂ ਆਇਆ। ਮੈਂ ਕਿਹਾ ਉਰੇ ਆਵੇ, ਕਿੰਨੀ ਪੜ੍ਹਿਆ ਜੀ, ਪਾਠ ਕਰ ਲੈਂਦਾ? ਕਹਿੰਦਾ ਹਾਂ ਜੀ, ਮੈਂ 10 ਪੜ੍ਹਿਆ ਹੋਇਆ। ਇਹ ਪਾਸੇ ਤਾਂ ਚਾਹੇ ਪੰਜਾਬੀ ਦੀ MA ਵੀ ਕੀਤੀ ਹੋਵੇ ਨਾ, ਤਾਂ ਵੀ ਨਹੀਂ ਕਰ ਸਕਦਾ, ਸ਼ੁੱਧ ਬਾਣੀ ਨਹੀਂ ਪੜ੍ਹ ਸਕਦਾ। ਉਹ ਇਹ ਟ੍ਰੇਨਿੰਗ ਹੀ ਵੱਖਰੀ ਹੈ, ਇਹ ਦਮਦਮੀ ਟਕਸਾਲ ਹੀ ਟ੍ਰੇਨਿੰਗ ਦੇ ਸਕਦੀ ਹੈ। ਚਾਹੀਦਾ ਤਾਂ ਅਸੀਂ ਸਾਰਿਆਂ ਨੂੰ ਉੱਥੇ ਸਿੱਖਦੇ, ਪਰ ਉਹ ਉਲਟੀਆਂ ਗਾਲਾਂ ਹੀ ਕੱਢਣ ਲੱਗ ਪਏ, ਪਰ ਬਾਅਦ ਵਿੱਚ ਪਛਤਾਉਣਾ ਵੀ ਪਵੇਗਾ, ਉਹ ਹਾਲੇ ਸਮਾਂ ਆਊਗਾ, ਕਿਉਂਕਿ ਬਹੁਤ ਕੰਮ ਖਰਾਬ ਹੋ ਰਿਹਾ ਆਪਣਾ। ਇਹ ਜਿਹੜੀ ਚੀਜ਼ ਹੈ ਇਹਨੂੰ ਸਮਝਣ ਦਾ ਯਤਨ ਕਰੋ, ਬੜਾ ਕੰਮ ਖਰਾਬ ਹੋ ਰਿਹਾ ਆਪਣਾ, ਕਿਉਂਕਿ ਗੱਲ ਚੋਂ ਗੱਲ ਨਿਕਲਦੀ ਜਿਹੜੀ ਗੱਲ ਅੱਜ ਨਾਲ ਵੀ ਸੰਬੰਧਿਤ ਹੈ। ਇਤਿਹਾਸ ਤਾਂ ਤੁਸੀਂ ਕੋਈ ਪੋਥੀ ਲੈ ਕੇ ਪੜ੍ਹ ਲਓ, 10ਵੇਂ ਪਾਤਸ਼ਾਹ ਭਾਈ ਵੀਰ ਸਿੰਘ ਦਾ ਲਿਖਿਆ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਤੁਹਾਨੂੰ ਔਖੀ ਹੈ, ਸੂਰਜ ਪ੍ਰਕਾਸ਼ ਦੀ ਵੀ, ਕਿਉਂਕਿ ਉਹ ਬਿਨਾਂ ਸਿੱਖੇ ਤੋਂ ਆਉਂਦੀ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਚੀਜ਼ ਹੈ, ਇਹ ਸਾਰੀ ਚੀਜ਼ ਨੂੰ ਸਿੱਖਣਾ ਪੈਂਦਾ, ਪੜ੍ਹਨਾ ਪੈਂਦਾ, ਬੈਠਣਾ ਪੈਂਦਾ,
ਕਿੰਨੀ ਮਿਹਨਤ ਕੀਤੀ ਅਸੀਂ ਇਸ ਚੀਜ਼ ਦੇ ਉੱਤੇ। ਜਿਵੇਂ ਸਕੂਲ ਚ ਪਹਿਲਾਂ ਮੈਂ 10 ਕਲਾਸਾਂ ਪੜ੍ਹਿਆ, ਉਹਦੇ ਬਾਅਦ ਮੈਂ ਸੰਤਾਂ ਕੋਲ ਚਲਿਆ ਗਿਆ। ਸਾਡੇ ਵੇਲੇ 10 ਕਲਾਸਾਂ ਜਿਹੜਾ ਕਰ ਲੈਂਦਾ ਹੁੰਦਾ ਸੀ ਉਹਨੂੰ MBBS ਚ ਐਡਮਿਸ਼ਨ ਮਿਲ ਜਾਂਦੀ ਹੁੰਦੀ ਸੀ। ਆਹ ਪਲੱਸ ਟੂ ਤਾਂ ਹੁਣੇ ਜੇ ਚੱਲਿਆ, ਉਦੋਂ 10ਵੀਂ ਤੋਂ ਬਾਅਦ ਬਹੁਤ ਕੁਛ ਹੋ ਜਾਂਦਾ ਸੀ। ਚਲੋ ਮੈਂ ਉਧਰ ਚਲਿਆ ਗਿਆ, ਮੈਂ ਚਾਹੁੰਦਾ ਮੈਂ ਵੀ ਡਾਕਟਰੀ ਕਰ ਲੈਂਦਾ, ਚਲੋ ਮੈਂ ਵੀ ਇੱਕ ਡਾਕਟਰ ਜਿਹਾ ਹੁੰਦਾ ਕਿਤੇ ਨਾ ਕਿਤੇ ਮਾੜਾ ਮੋਟਾ, ਜਾਂ ਮੈਂ ਕੁਛ ਹੋਰ ਬਣ ਜਾਂਦਾ, ਕਲਰਕ ਬਣ ਜਾਂਦਾ, ਜਾਂ CPED BPED। ਮੇਰੇ ਪਿਤਾ ਜੀ ਉੱਥੇ ਸੀਗੇ ਪਟਿਆਲੇ, ਪ੍ਰੋਫੈਸਰ ਪ੍ਰਿੰਸੀਪਲ ਰਿਟਾਇਰ ਹੋਏ ਨੇ, ਉਹ ਵੀ ਮੈਨੂੰ ਕਹਿ ਉਹਨਾਂ ਸਾਨੂੰ ਉੱਥੇ ਸੀਟ ਵੈਸੇ ਹੀ ਸੀ ਬੱਚਿਆਂ ਨੂੰ, ਜਿਹੜੇ ਪ੍ਰੋਫੈਸਰਾਂ ਦੇ ਬੱਚੇ ਉਹਨਾਂ ਲਈ ਸੀਟ ਵੈਸੇ ਹੀ ਮਿਲਦੀ ਸੀ ਮੈਨੂੰ, CPED BPED PT ਮਾਸਟਰ ਬਣ ਜਾਂਦਾ ਮੈਂ। ਪਰ ਅਕਾਲ ਪੁਰਖ ਜੀ ਨੇ ਮੇਰੀ ਡਿਊਟੀ ਕਥਾ ਤੇ ਹੀ ਲਾਈ ਲਈ। ਉਹ ਕਹਿੰਦੇ ਇਹ ਤਾਂ ਸਾਰੇ ਲੱਗੇ, ਪ੍ਰੋਫੈਸਰ ਤਾਂ ਦੁਨੀਆਂ ਚ ਕਿੰਨੇ ਹੀ ਨੇ, ਪ੍ਰਚਾਰ ਕੌਣ ਕਰੂ? ਔਰ ਉਹ ਵੀ ਸਹੀ। ਇਸ ਕਰਕੇ ਹੈ ਕਿ ਇਹ ਜਿਹੜਾ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਆਰਾਮ ਨਾਲ ਬੈਠ ਕੇ ਸੰਥਿਆ, ਫਿਰ ਛੋਟੀਆਂ ਪੋਥੀਆਂ ਪੜ੍ਹਨੀਆਂ, ਕਥਾ ਨੂੰ ਸਿੱਖਣਾ। ਮੈਂ ਟਕਸਾਲ ਦੇ ਵਿੱਚ ਵਿੱਚ ਰਹਿੰਦਿਆਂ ਰਹਿੰਦੇ ਮੈਂ 3 ਵਾਰ ਕਥਾ ਸੁਣੀ ਸਾਰੇ ਸੂਰਜ ਪ੍ਰਕਾਸ਼ ਦੀ ਸੰਤਾਂ ਤੋਂ। ਗ੍ਰੰਥ ਨੂੰ, ਛੋਟੇ ਗ੍ਰੰਥਾਂ ਨੂੰ ਸਾਰਿਆਂ ਨੂੰ ਪੜ੍ਹਿਆ ਔਰ ਬੜੇ ਸ਼ੌਂਕ ਨਾਲ ਪੜ੍ਹਾਈ ਕੀਤੀ। ਇਹ ਨਹੀਂ ਕਿ ਐਵੇਂ ਗਲੋਂ ਗਲਾਵਾਂ ਲਾਹਿਆ ਮੈਂ। ਔਰ ਉਦੋਂ ਬਾਅਦ ਮੈਂ ਖੁਦ ਆਪਣਾ ਉਹਨੂੰ ਬਹੁਤ ਅੱਛੀ ਤਰ੍ਹਾਂ ਬਚਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਬੜੇ ਅਨੁਭਵੀ ਹੈ ਬੰਦਾ, ਅਨੁਭਵੀ ਡਾਕਟਰ ਹੈ। ਅਨੁਭਵ ਉਹ ਹੁੰਦਾ ਜਿਹੜਾ ਮਾੜੀ ਜਿਹੀ ਨਬਜ਼ ਫੜੇ ਤੇ ਪੂਰੇ ਸਰੀਰ ਨੂੰ ਜਾਂਚ ਲੈਂਦਾ, ਬਸ ਆਹ ਮੁਕਸ ਹੈ ਲੈਂਦਾ। ਅਨੁਭਵੀ ਕੀਰਤਨੀ, ਅਨੁਭਵੀ ਕੋਈ ਵੀ ਹੋ ਸਕਦਾ, ਅਨੁਭਵ ਚ ਆਉਂਦੀ ਚੀਜ਼ ਹੋ। ਇਹ ਅਨੁਭਵ ਕੀ ਚੀਜ਼ ਹੁੰਦੀ ਹੈ? ਹੁਣ ਤੁਸੀਂ ਕਹੋ ਅਨੁਭਵ ਕੀ ਹੁੰਦਾ? ਜਦੋਂ ਬੰਦਗੀ ਕਰਦਿਆਂ ਕਰਦਿਆਂ ਬੁੱਧੀ ਮਨ ਤੇ ਆਤਮਾ ਇੱਕ ਲਾਈਨ ਵਿੱਚ ਹੋ ਜਾਂਦੇ ਨੇ। ਜਦੋਂ ਆਤਮਾ ਦਾ ਪ੍ਰਕਾਸ਼ ਮਨ ਤੇ ਪਿਆ, ਮਨ ਦਾ ਪ੍ਰਕਾਸ਼ ਬੁੱਧੀ ਤੇ ਪਿਆ, ਜਦੋਂ ਇਹ ਗੁਰਮਤੀਆ ਬਣ ਜਾਂਦੀ, ਜਦੋਂ ਪ੍ਰਕਾਸ਼ ਦੇ ਵਿੱਚ ਆਉਂਦੀ ਬੁੱਧੀ ਤਾਂ ਅਨੁਭਵ ਹੋਣ ਲੱਗ ਜਾਂਦਾ। ਜਿਸ ਦਿਨ ਪਹਿਲੇ ਦਿਨ ਕੋਈ ਸਿੱਖਦਾ ਨਾ, ਜਿਵੇਂ ਰਾਗੀ ਸਿੰਘ ਪਹਿਲੇ ਦਿਨ ਸਾਰੇ ਗਾਵਾਂ ਸਿੱਖਦੇ, ਉਦੋਂ ਅਨੁਭਵ ਹੀ ਨਹੀਂ ਹੁੰਦੇ। ਬਾਅਦ ਵਿੱਚ ਉਹਨਾਂ ਅੰਦਰ ਇੱਕ ਅਨੁਭਵ ਖੁੱਲ ਜਾਂਦਾ, ਫਿਰ ਵਾਜੇ ਦੇ ਉੱਤੇ ਹੱਥ ਆਪਣੇ ਆਪ ਹੀ ਚੱਲੀ ਜਾਂਦਾ, ਅੱਖਾਂ ਬੰਦ ਕੀਰਤਨ ਕਰ, ਬੜਾ ਵੀ ਆਨੰਦ ਚ ਡੁੱਬ ਜਾਂਦੇ ਆ, ਸੰਗਤ ਵੀ ਆਨੰਦ ਚ ਵੀ ਚਲੀ ਜਾਂਦੀ ਹੈ, ਕਥਾ ਵਾਚਕ ਨੂੰ ਵੀ ਅਨੁਭਵ ਹੋ ਜਾਂਦਾ। ਹੁਣ ਤੁਸੀਂ ਕਹੋ ਮੈਂ ਘਰੋਂ ਤਿਆਰੀ ਕਰਕੇ ਆਇਆ, ਮੈਂ ਪਹਿਲਾਂ ਇੰਨੀਆਂ ਪੁਸਤਕਾਂ ਪੜ੍ਹ ਕੇ ਆਇਆ, ਜਾਂ ਮੇਰੇ ਕੋਲ 45 ਮਿੰਟ ਦਾ ਹੀ ਲੈਕਚਰ ਹੈ, ਆ ਮੇਰੇ ਲਾਗੇ ਹੁਣ ਸਲਿੱਪ ਰੱਖੀ ਗਈ ਵੀ 12:30 ਹਟਣਾ। ਮੈਂ ਇਹ ਨਹੀਂ ਕਹਿੰਦਾ 9:30 ਤੱਕ ਹੀ ਮੈਂ ਤਾਂ ਤਿਆਰੀ ਕੀਤੀ ਹੈ, ਮੈਂ ਨਹੀਂ ਕਰ ਸਕਦਾ ਅੱਗੇ। ਉੱਥੇ ਐਬਸਫੋਰਡ ਕੈਨੇਡਾ ਚ ਪੈਂਦਾ, ਉਹ ਉੱਥੇ ਇੱਕ ਪ੍ਰਚਾਰਕ ਦੇ ਮੂਹਰੇ ਸਲਿੱਪ ਰੱਖਤੀ, ਉਹ ਸੈਕਟਰੀ ਕਹਿੰਦਾ ਜੀ ਆਪਣੀ ਇੰਨੀ ਤਿਆਰੀ ਹੈ ਜੀ 45 ਮਿੰਟ ਦੀ, ਮੈਂ ਇਹ ਤੋਂ ਗਾਹ ਨਹੀਂ ਬੋਲ ਸਕਦਾ। ਇਹ ਹੁੰਦੀ ਆ ਸਿੱਖ ਕੇ ਆਇਆ ਬੰਦਾ, ਘਰੋਂ ਪੜ੍ਹ ਕੇ ਫੋਟੋ ਸਟੇਟ ਕਰ ਲਈ ਦਿਮਾਗ ਚ, ਉਹਨੀ ਕਿਤਾਬ ਫੋਟੋ ਸਟੇਟ ਕਰਤੀ ਸੁਣਾ ਤੀ। ਇੱਕ ਹੁੰਦਾ ਅਨੁਭਵੀ ਚੀਜ਼, ਆਈ ਜਾਣੀ ਜਿੰਨੀ ਮਰਜ਼ੀ ਬੁਲਾਉਣ ਨੂੰ ਕੀ ਹੈ। 6-6 ਘੰਟੇ ਵੀ ਕਥਾ ਕੀਤੀ ਹੋਈ ਹੈ ਮੈਂ, ਨਾ ਸੰਗਤ ਹਿਲਦੀ ਨਾ ਮੈਂ ਹਿਲਦਾ। ਚਲੋ ਕਥਾ ਦੀ ਗੱਲ ਤਾਂ ਛੱਡੋ, ਸੰਥਿਆ ਵਾਲਾ ਪਾਠ ਦੇਖੋ। ਮੈਂ ਹੁਸ਼ਿਆਰਪੁਰ ਜ਼ਿਲ੍ਹੇ ਚ ਗੜ੍ਹਦੀ ਵਾਲਿਆ, ਬਾਬਾ ਰਾਮਪੁਰ ਖੇੜੇ ਵਾਲੇ, ਬਾਬਾ ਹਰਨਾਮ ਸਿੰਘ ਦੇ ਹੁੰਦਿਆਂ ਦੀ ਗੱਲ। ਇੱਕ ਪਿੰਡ ਵਿੱਚ ਮਹਾਂਪੁਰਖ ਵੀ ਆ ਗਏ, ਸੰਤ ਨੈਲਸਨ ਵੀ, ਤੇ ਉੱਥੇ ਅਸੀਂ ਪਾਠੀ ਸੀਗੇ ਸਾਰੇ, ਬਾਬਾ ਜੀ ਵੀ ਆ ਗਏ, ਮੇਰੀ ਰੌਲ ਸੀ। ਤੋ ਰੌਲ ਮੇਰੀ ਸੀਗੀ 8-10 ਸ਼ਾਮ ਨੂੰ, ਪਿੰਡ ਵਾਲੇ ਬੜਾ ਵੱਡਾ ਪੰਡਾਲ ਲਾਇਆ, ਸਿਰਫ ਪਾਠ ਹੀ ਸੁਣਾਉਣਾ ਸੀ। ਮੈਂ 8-10 ਪਾਠ ਸੁਣਾਇਆ, ਬੜੀ ਸੰਗਤ ਆ ਗਈ। ਘਰ ਵਾਲਾ ਭਾਈ ਮੇਰੇ ਕੰਨ ਲਾ ਕੇ ਕਹਿੰਦਾ ਤੁਸੀਂ 12 ਵਜੇ ਤੱਕ ਲਾ ਦਿਓ, ਇਕੱਠੀਆਂ ਲਾ ਦਿਓ ਦੋਵੇਂ। ਮੈਂ ਫਿਰ 12 ਵਜੇ ਤੱਕ, ਉਹ ਫੇਰ ਆ ਗਿਆ, ਉਹ ਕਹਿੰਦਾ ਸੰਗਤ ਇੰਨੀ ਭਰ ਗਈ, ਪੰਡਾਲ ਭਰ ਗਿਆ ਸਾਰਾ, ਕਹਿੰਦੇ 1 ਵਜੇ ਤੱਕ ਲਾ ਦਿਓ। ਮੈਂ ਚਲੋ ਠੀਕ ਆ ਭਾਈ, 1 ਵਜੇ ਤੱਕ ਲਾ ਦਿੰਦੇ ਹਾਂ। ਸਿਰਫ ਪਾਠ ਸੁਣਾਉਣੀ ਹੀ ਇੱਕ ਕਲਾ ਹੈ, ਸ਼ੁੱਧ ਵਿਸ਼ਰਾਮ ਲਾ ਕੇ
ਤੁਹਾਨੂੰ ਐਂ ਲੱਗੂ ਕਿ ਵੀ ਮੈਂ ਪਾਠ ਨਹੀਂ ਸੁਣ ਰਿਹਾ, ਮੈਂ ਕਥਾ ਸੁਣ ਰਿਹਾ ਹਾਂ। ਅਰਥ ਹੋ ਜਾਣੇ ਆਪਣੇ ਆਪ ਹੀ। ਹੁਣ ਜਦੋਂ ਅੱਧੇ ਵਿਸ਼ਰਾਮ ਇੱਧਰ ਆ ਇੱਧਰ ਲਗਾ ਮਾਤਰਾ ਉਲਟ ਸੁਲਟ, ਉਦੋਂ ਤੁਹਾਨੂੰ ਨਹੀਂ ਸਮਝ ਲੱਗਦੀ ਇਹ ਬੋਲ ਕੀ ਗਿਆ। ਇਹੀ ਗੱਲ ਹੁੰਦੀ ਕਥਾ ਵਿੱਚ ਵੀ ਅਨੁਭਵ ਹੈ, ਪਾਠ ਕਰਨ ਵਿੱਚ ਵੀ ਅਨੁਭਵ ਹੀ ਪਾਠੀ ਹੁੰਦਾ, ਅਨੁਭਵ ਹੋ ਜਾਣਾ। ਇਹ ਇੱਕ ਤੀਖਣ ਬੁੱਧੀਆਂ ਅਕਾਲ ਪੁਰਖ ਵੱਲੋਂ ਮਿਲਿਆ, ਅੱਧੀ ਗੱਲ ਦੱਸੋ ਸਾਰੀ ਫੜ ਲੈਣੀ, ਗੱਲ ਅੱਧੀ ਦੱਸੋ ਫੜੀ ਸਾਰੀ ਗਈ। ਇਹ ਵੀ ਇੱਕ ਦਿਮਾਗ ਹੁੰਦਾ, ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਪਰ ਇਹ ਹੁੰਦੀ ਉਹਨਾਂ ਨੂੰ ਜਿਹਨਾਂ ਦੇ ਮਨ ਦੀ ਇਕਾਗਰਤਾ ਬਣਦੀ ਹੈ।